हाँ जी, अज काफ़ी टाइम हो गया सीगा मैं फार्म ते आया नूं, ते मैं चल आपां देखदे हूं। तां फार्म ते रोकिया काम क्योंकि मिस्त्री दा ब्याह छोटे दिन दा, ते उधरों अपना मेला सीगा, हुण रोकता सीगा। डैडी भी कहिंदा वी भाई उलझ ना, कहिंदा मुड़ के कहिंदा कोई ना कोई गलत ना हो जाए काम ते प्रोसैस। ये रोकता सीगा, अज फिर मैं उत्थे चलिया सीगा। उत्थे चलो अपने सारे हैगे, उत्थे काम धंधे हो जांदे आ, ते हजे इत्थे सत्त ते करके छड्डिया पिया है काम जमा। हुण आपां मिस्त्री नूं कहता वी तूं देख आपदा ब्याह, 27 तरीक दा उहनां दी बरात है मेरे हिसाब नाल, ते अपना हुण मेला, ते उदू बाद साडे मेले दा करके रोकना पऊ कम्म सारा। उत्थे ही खड़ा हजे क्योंकि परले पासे हुण सत्त ते करता ना। हुण इधरला पासा तां मनजिंदर ने आप वढना हजे कुछ, क्योंकि मैनूं तां हुण काफ़ी टाइम हो गया जिदन दी तुसीं वीडियो देखी, उदू बाद मैं तां आया ही नहीं। हजे वाहवा लोड करन वाला काम पिया गा पूरा फुल A to Z। ਅਤੇ ਇੱਧਰੋਂ ਬਸ ਸਾਰਾ ਜਾਣੀ ਕਿ ਵੀ 7 'ਤੇ ਕਰਕੇ ਸਾਰੇ ਦਾ ਸਾਰਾ ਛੱਡਤਾ ਹੈ। ਬੀਮਾ 'ਤੇ ਆ ਇਹ, ਆਹ ਇੱਟਾਂ ਦਾ ਬਸ ਊਂ ਡੰਗ ਆਊਂਗਾ, ਅਤੇ ਕੰਮ ਬੀਮਾ 'ਤੇ ਕੀਤਾ ਸਾਰੇ A to Z ਬਰਾਂਡੇ ਦਾ। ਇਹ ਅੱਜ ਦੀ ਅਪਡੇਟ ਆ ਜੀ ਇੰਨੀ। ਹਾਂ ਵੀ ਕਿਵੇਂ ਲੱਗਿਆ ਆਪਣਾ ਹੁਣ ਕੀ ਬਣੀ ਜਾਂਦਾ ਇਹ? ਤੇ ਜਾਲੀਆਂ ਫਿਰ ਕਿਹੜੀਆਂ? ਕਹਿੰਦਾ ਸੀ ਤੂੰ ਜਾਲੀਆਂ ਤਾਂ ਡੈਡੀ ਪਾਤੀਆਂ ਸਾਰੀਆਂ, ਕਹਿੰਦਾ ਸੀ ਇਹ ਅੱਜ ਮੈਨੂੰ ਫਤਿਹ ਨੇ ਯਾਦ ਕਰਾਇਆ। ਇਹ ਅੱਜ ਗੱਡੀ 'ਚ ਬਹਿ ਗਿਆ, ਵਿਚਰ ਗਿਆ, ਕਹਿੰਦਾ ਉੱਤਰਦਾ ਨਹੀਂ ਮੇਲੇ 'ਤੇ ਨਾਲ ਜਾਣਾ ਉੱਥੇ। ਫਿਰ ਕਹਿੰਦਾ ਮੈਂ ਫਾਰਮ ਹਾਊਸ 'ਤੇ ਜਾ ਕੇ ਆਉਣਾ। ਫਿਰ ਇਹਨੂੰ ਮੈਂ ਕਿਹਾ ਚੱਲ ਆਪਾਂ ਆ ਜਾ ਫਾਰਮ ਹਾਊਸ 'ਤੇ, ਗੇੜਾ ਕੱਢ ਕੇ ਆਉਂਦੇ ਆਪਾਂ। ਕਿਹੜੀਆਂ ਜਾਲੀਆਂ ਪੁੱਤ? ਅੱਛਾ ਉਹ ਵਾਲੀਆਂ, ਠੀਕ ਹੈ ਉਹ ਸਾਰੀਆਂ ਲੱਗ ਗਈਆਂ ਹੈਂ। ਅਤੇ ਮਨਜਿੰਦਰ ਕੀ ਕਹਿੰਦਾ ਸੀ, ਹੁਣ ਰੰਗ ਕਰਾਂਗੇ ਤੂੰ ਬਾਅਦ? ਠੀਕ ਆ, ਗੱਲਬਾਤ ਹੋਈ ਜਾਂਦੀ ਰਹਿੰਦੀ ਤੇਰੀ ਉਹਦੇ ਨਾਲ? ਮਨਜਿੰਦਰ ਨਾਲ ਤੇਰੀ ਗੱਲ ਹੋ ਜਾਂਦੀ ਆ ਮੈਥੋਂ ਬਾਅਦ? ਕੀ ਕਹਿੰਦਾ ਹੁੰਦਾ? ਬਸ ਵਧੀਆ ਟਾਈਮ ਨਾਲ ਕੰਮ ਨਿਬੇੜ ਦੂੰ ਕਹਿੰਦਾ। ਤੇ ਫਿਰ ਹੁਣ ਜਿਵੇਂ ਮੈਂ ਜਾਊਂਗਾ ਤੇ ਅੱਜ ਮਨਜਿੰਦਰ ਅੱਜ ਤਾਂ ਨਹੀਂ ਆਉਂਦਾ ਮਿਸਤਰੀ, ਹੁਣ ਬੰਦਾ ਕੰਮ ਮਿਸਤਰੀਆਂ ਦਾ? ਬੰਦ ਆ, ਮੇਲੇ ਤੋਂ ਬਾਅਦ ਚਲਾਵਾਂਗੇ ਆਪਾਂ। ਲੋਚੜਾ ਵਾਲਾ ਆਉਣਾ, ਇਹਨੂੰ ਸਾਰਾ ਪਤਾ ਵੀ ਬੰਦ ਕਦੋਂ ਹੈ, ਕੰਮ ਕਦੋਂ ਕਰਦਾ, ਕਿਉਂਕਿ ਬੱਚਾ ਕਹਿੰਦਾ ਨਾ ਬੱਚਾ ਦਿਮਾਗ 'ਚ ਗੱਲ ਜਿਹੜਾ ਪਾਲਾਂ ਦਾ। ਅਤੇ ਦੇਖ ਸਕਦੇ ਹਾਂ ਜੀ, ਅੱਛਾ ਵਿਆਹ ਗਾ ਉਹਨਾਂ ਦੇ ਤਾਂ ਨਹੀਂ ਆਇਆ ਮਿਸਤਰੀ? ਤੂੰ ਕਿੱਧਰ ਜਾਂਦਾ? ਆ ਜਾ ਮੰਮਾ ਨੂੰ ਆਵਾਜ਼ ਮਾਰ ਲਾ, ਉਹਨੂੰ ਕਹਦੇ ਆ ਚੱਲੀਏ ਬਸ। ਉਹ ਪੁਦੀਨਾ ਵੀ ਤੋੜ ਲਾ ਓਏ, ਕੱਲ੍ਹ ਤੋਂ ਉੱਥੇ ਮੇਲੇ 'ਤੇ ਰਵਾਂਗੇ, ਚਟਨੀ ਚੁਟਨੀ ਘਰੇ ਰਗੜ ਕੇ ਚੱਲਾਂਗੇ, ਹਰੀ ਪੁਦੀਨਾ ਜਾ। ਉਹ ਪਰਲੇ ਪਾਸੇ ਸਾਰੀ ਆਪਣੀ ਸਬਜ਼ੀ ਹੁੰਦੀ ਹੈ। ਬਟਨ ਦਾ ਬਹੁਤ ਲੱਗਣ ਲੱਗ ਗਿਆ ਹੈ ਨਾ, ਤਾਂ ਹੀ ਆਪਾਂ ਮਿਸਤਰੀ ਨੇ ਵੀ ਗਾਲਾਂ ਕੱਢੀ ਜਾਂਦੇ ਸੀ ਵੀ ਯਾਰ ਕੰਮ ਨਹੀਂ ਕਰਦਾ, ਕੰਮ ਨਹੀਂ ਕਰਦਾ। ਉਹ ਗੇਸਣ ਲੱਗ ਗਿਆ, ਉਹ ਤੂੰ ਕਹਿੰਦਾ ਤੂੰ ਕਮਰਿਆਂ ਦੇ ਮੁਕਾਬ 'ਤੇ ਜੇ ਬਣਾ ਕੇ ਚੱਲੀਏ ਨਾ, ਸੌਖਾ ਦੀ ਕਮਰਾ ਉਹ ਕਹਿੰਦੇ ਸੌਖਾ ਹੈ, ਕਮਰੇ ਜਿਹਾ ਵੱਡਾ ਲੈਟਰ ਰੂਮ ਨਹੀਂ ਵੱਧ ਜਾਂਦਾ, ਬੀਮ ਵੱਧ ਜਾਂਦੇ ਹੈ ਨਾ, ਥੋੜ੍ਹਾ ਜਿਹਾ ਨਾ ਦਰਵਾਜ਼ੇ ਬਾਹਰ ਕਿੰਨੇ ਰਹਿ ਗਏ, 11-11 ਫੁੱਟ ਦਾ ਰੱਖਿਆ ਇਹ, 1, 2, 3, 4, 5, 6, 7, 8, 9, 10, 11 ਅਤੇ 12 ਬਣ ਗਏ ਇਹ। 11 ਫੁੱਟ ਦਾ ਰੱਖਿਆ ਮੇਰੇ ਹਿਸਾਬ ਨਾਲ, ਹੋ ਸਕਦਾ 12 ਦਾ ਹੋਵੇ, ਉਹ ਮਨਜਿੰਦਰ 11 ਦਾ ਕਹਿੰਦਾ ਸੀ, ਆਪਾਂ ਤਾਂ ਮਿਣਿਆ ਨਹੀਂ ਇਹ। 12 ਦੇ ਹਿਸਾਬ ਦੇ ਨਾਲ 120 ਅਤੇ ਫੁੱਟ ਫੁੱਟ ਗਾਹਾਂ ਲੈ ਲਓ 12 ਦਾ, 120 ਅਤੇ 32, 32 ਵੱਧ ਹੋਊਗਾ ਜੀ ਇਹ ਮੇਰੇ ਹਿਸਾਬ ਨਾਲ ਇੱਧਰੋਂ, ਕਿਉਂਕਿ 50 ਫੁੱਟ ਉੱਧਰੋਂ ਕੱਢ ਕੇ ਨਾ ਪਰਲੇ ਪਾਸੇ ਕਮਰੇ ਵਾਲਾ, ਇਹ 150 ਫੁੱਟ ਸੀ ਅਤੇ 5 ਫੁੱਟ ਅਸੀਂ ਘਟਾਤਾ ਸੀ, 145 ਫੁੱਟ ਹੈ। ਹੁਣ ਦੇਖ ਲਓ ਵੀ ਕਿੰਨੇ ਕਿੰਨੇ ਫੁੱਟ 'ਤੇ ਬਾਹਰ ਰਹਿ ਗਏ ਵਿਚਾਲੇ, 10 ਤੋਂ ਉੱਤੇ ਰਿਹਾ ਵੈ। ਜਿਹੜੇ ਇੱਧਰ ਸਜਾਵਟ ਵਾਲੇ ਬੂਟੇ ਵੀ ਲਿਆਉਂਦੇ ਸੀ, ਗੱਲ ਕਰ ਪੈਸੇ ਪੂਸੇ ਤਾਂ ਲਾ ਦਿੰਦੇ, ਬੂਟੇ ਸਾਂਭਦੇ ਨਹੀਂ ਸਾਡਾ, ਰਸ਼ੀਰੀ ਸ਼ੁਰੀ ਬਾਅਦ 'ਚ ਨਾ, ਜਿਹੜੇ ਆਪ ਕੰਮ ਕਰਵਾ ਦਈਏ ਕਰਵਾ ਦਈਏ। ਇੱਧਰ ਸਬਜ਼ੀ ਆ ਜਾਂਦੀ ਹੈ ਸਾਡੀ, ਸੁਬਹਾ ਦਾ ਟਾਈਮ ਹੈ, ਧੁੱਪ ਚੜ੍ਹਦੀ ਆ, ਤਰੇਲ ਪਈ ਵੀ ਹੈ, ਪਾਲਕ ਆ ਗਈ ਜੀ, ਮੇਥੀ ਆ ਗਈ, ਮੇਥੇ ਆ ਗਏ, ਧਨੀਆ ਆ ਗਿਆ, ਚੌਲੇ ਆ ਗਏ, ਅਮਰੂਦ ਆ ਗਏ, ਕਿਉਂ ਫਤਿਹ? ਚੱਲ ਫਿਰ ਆਪਾਂ ਚੱਲੀਏ ਉੱਧਰ ਨੂੰ ਚੱਲੀਏ। ਸੰਤੂ ਕੀ ਕਰੀ ਜਾਂਦਾ ਹੈ? ਹਾਂ ਕੌਣ ਬਈ ਮਿਸਤਰੀ? ਚੱਲ ਕੋਈ ਨਾ, ਫਿਰ ਹੁਣ ਵਿਆਹ ਦਾ ਕਰਕੇ 2-4 ਦਿਨ ਨਿਕਲਦੇ, ਚੱਲ ਤੁਹਾਨੂੰ ਮੇਲਾ ਦਿਖਾਵਾਂਗੇ। ਅਤੇ ਆਪਣੇ ਬੂਟੇ ਕਿਵੇਂ ਆ? ਇਹ ਖਜੂਰਾਂ ਦੇ ਬੂਟੇ ਕਿਹੜਾ ਇੱਧਰ ਲਾਤੇ ਸੀਗੇ ਜੀ, ਇਹ ਸਾਰੇ ਬੂਟੇ ਚੱਲ ਪਏ।
ਉਹ ਇੱਥੋਂ ਨਾ ਬੂਟੇ ਚੱਲੀ ਜਾਂਦੇ ਸੀ ਹਨਾ, ਇਹਨਾਂ ਦੇ ਉਹਦੇ ਪੱਤੇ ਕੱਢੇ ਵਿਆ, ਜਿਹੜਿਆਂ ਦੇ ਪੱਤੇ ਕੱਢੇ ਵਿਆ ਦੇ ਇਹਨਾਂ 'ਚੋਂ ਆਹ ਬੂਟਾ ਮੱਚਿਆ ਇਕੱਲਾ, ਠੀਕ ਹੈ ਆਹ ਸਾਰੇ ਚੱਲੇ ਵਿਆ। ਅਤੇ ਇਹਨੂੰ ਪਾਣੀ ਬੰਦ ਕਰ ਦੇ ਵੀਰੇ, ਇਹ ਕੰਮ ਤੁਸੀਂ ਪਾਣੀ ਨਾਲ ਕਰਦੇ ਹੋ, ਮੈਂ ਤੁਹਾਨੂੰ ਦੱਸਦਾ ਉਹਦੇ ਵੀ ਕਰਦੇ ਹੈ। ਨਾ ਨਾ ਲਸਣ ਦਾ ਪਾਣੀ ਸੰਤੂ, ਹੁਣ ਤੂੰ ਉਹਨਾਂ ਨੂੰ ਵੀ ਕਹਿ ਦੀ ਜਿੱਦੇ ਤੂੰ ਪਾਸੇ ਉਹਨਾਂ ਪਾਣੀ ਛੱਡ ਦੇਣਾ, ਉਹਨਾਂ ਨੂੰ ਕਹਦੇ ਖਜੂਰਾਂ ਦੇ ਵਿੱਚ ਪਾਣੀ ਨਹੀਂ ਜਾਣਾ ਚਾਹੀਦਾ, ਠੀਕ ਹੈ। ਨਹੀਂ ਇਹ 6,000 ਦਾ ਬੂਟਾ ਮੰਗਾਇਆ ਸੀ ਆਪਾਂ, ਆਹਦੇ ਪਾਣੀ ਹੁਣ ਫੇਰ ਲਾਇਆ ਪਿਆ, ਦੇ ਆਹ ਬੂਟਾ ਪਾਣੀ ਤੋਂ ਬਾਅਦ ਮੱਚਿਆ ਸੰਤੂ, ਆਹਦੇ ਚੱਲ ਪਈ ਨਾ ਸਾਰਿਆਂ ਤੋਂ ਪਹਿਲਾਂ ਬੂਟਾ, ਇਹ ਹੁਣ ਮੱਚਿਆ ਵੇ, ਇਹ ਦੁਬਾਰੇ ਚੱਲ ਸਕਦਾ, ਇਹ ਮੱਚਣ ਨਾਲ ਕੁਛ ਨਹੀਂ, ਆਹ ਚੀਜ਼ 'ਚ ਜਾਣ ਚਾਹੀਦੀ ਹੈ, ਪਰ ਇਹਨੂੰ ਪਾਣੀ ਨਹੀਂ ਲਾਉਣਾ ਹੁਣ ਬਾਈ ਬਣ ਕੇ। ਆਹਦੇ ਜਿਹੜੇ ਬੂਟਿਆਂ ਦੇ ਆਹ ਚੱਲੇ ਵਿਆ ਦੇ ਇੱਥੋਂ, ਆਹਦੇ ਰੰਗ ਹੈਗਾ ਨਾ ਇਹਨਾਂ ਦਾ, ਬਸ ਇਹ ਬੂਟੇ ਸਾਰੇ ਚੱਲੇ ਪਏ, ਇਹਨਾਂ ਨੂੰ ਕਦੇ ਪਾਣੀ ਕਰ ਦਿਉ ਬੰਦ। ਅਤੇ ਬੂਟੇ ਖਜੂਰਾਂ ਦੇ ਜਿਹੜੇ ਬੱਚੇ ਆ ਯਾਰ, ਉਹ ਵੀ ਕੱਢਣ ਵਾਲੇ ਯਾਰ, ਉੱਥੇ ਤਾਰ ਕਿਹੜੇ ਨੇ ਛਿੱਟੀ ਹੈ ਯਾਰ। ਹਾਂ ਆ ਜਿਹੜੇ ਬੱਚੇ ਆ।